हेलो दोस्तों, आज जी मैं वीडियो लेके आई हाँ। अज की वीडियो आप गल करांगे कनेडा के इमीग्रेशन के बारे, क्योंकि हूँ की है कनेडा के वलों काफी ज्यादा कनेडियन इमीग्रेशन के काफी ज्यादा सुधार किए गए हैं, काफी बदलाव भी किए गए हैं। ये की ने बारे अज की वीडियो जानकारी ले सकते हो। अगर 2022-23 कनेडा जाने के चाहवान हो जरूर देखो, क्योंकि इस वीडियो तो कनेडा के इमीग्रेशन रूल चेंज हुए ने, जो बदलाव किए गए ने इमीग्रेशन के बारे में जानकारी मिलेगी। वीडियो शुरू करने तो पहले मैं दसना चाहनी हाँ कि जो चैनल है तुहाडे लई बनाया गया है ताकि तुसीं घरे बैठ के सारी जानकारी कनेडा के बारे लै सको। सो अगर तुसीं साडे चैनल ते पहली बार आए हो, साडी वीडियो पहली बार देख रहे हो, तो चैनल नूं सबसक्राइब जरूर करो ताकि आने वाली सारी नवीं नवीं वीडियो सब तो पहला तुसीं देख सको। हुण आपां स्टार्ट करते हैं अज की वीडियो। तुहानूं दसना चाहांगी कि कनेडा सरकार के वलों की है 2 महीनों के काफी ज्यादा बदलाव किए गए ने इमीग्रेशन के जो रूल्स ने, उहदे बारे तुहानूं मैं जानकारी देन जा रही हाँ। तुहानूं इहना पता होएगा कि 2 साल पिछले 2 साल लंघे ने, उहनां दे विच कनेडियन इमीग्रेशन का जिहड़ा काम सीगा कोरोना करके काफी हौली चल रहा सीगा। इहदे तुहानूं किसी भी जिहड़े कंसलटेंट ने नहीं दस्सिया होना कि जिहड़ा इमीग्रेशन का काम है ਉਹ ਜਿਹੜਾ ਕੈਨੇਡਾ ਦੇ ਵੱਲੋਂ ਕੀ ਹੈ ਸਿਰਫ 4,18,000 ਇਮੀਗ੍ਰੇਟ ਨੂੰ ਕੈਨੇਡਾ ਲੈਣਾ ਹੈ ਉਹਨਾਂ ਨੇ 2022-23 ਦੇ ਵਿੱਚ, ਜਦੋਂ ਕਿ ਇੰਡੀਆ ਦੇ ਵਿੱਚ ਕੀ ਹੈ ਘੱਟੋ ਘੱਟ 18,00,000 ਫਾਈਲਸ ਅਜੇ ਵੀ ਪੈਂਡਿੰਗ ਪਈਆਂ ਨੇ। ਇਹਦੇ ਬਾਰੇ ਕੈਨੇਡਾ ਦੇ ਜਿਹੜੇ ਇੰਡੀਆ ਦੇ ਏਜੰਟ ਨੇ ਨਾ, ਉਹ ਕਿਸੇ ਨੂੰ ਨਹੀਂ ਦੱਸ ਰਹੇ ਹੈਗੇ ਕਿ ਕੈਨੇਡਾ ਦੇ ਵਿੱਚ ਕਿੰਨੇ ਲੋਕਾਂ ਨੂੰ ਬੁਲਾਇਆ ਜਾ ਰਿਹਾ, ਉਹ ਸਿਰਫ ਫਾਈਲਸ ਲਗਾਈ ਜਾ ਰਹੇ ਨੇ। ਇਸੇ ਕਰਕੇ 18,00,000 ਫਾਈਲਸ ਦਾ ਪੈਂਡਿੰਗ ਜਿਹੜਾ ਬੈਕਲੋਗ ਉਹ ਪਿਆ ਹੈ। ਤੁਸੀਂ ਖੁਦ ਦੱਸ ਦੇਖ ਸਕਦੇ ਹੋ ਕਿ ਉਹਨਾਂ ਫਾਈਲ ਦਾ ਰਿਜ਼ਲਟ ਉਹਨਾਂ ਨੂੰ ਕਦੋਂ ਮਿਲੇਗਾ। ਬਟ ਇਹ ਤੁਹਾਨੂੰ ਇੰਨਾ ਦੱਸਣਾ ਚਾਹਾਂਗੀ ਕਿ ਇਹਦੇ ਵਿੱਚ ਇੰਟਰਨੈਸ਼ਨਲ ਜਿਹੜੇ ਸਟੂਡੈਂਟ ਨੇ ਉਹਨਾਂ ਦੀ ਕੈਟਾਗਰੀ ਸ਼ਾਮਿਲ ਨਹੀਂ ਆਈ। ਸੋ ਅਗਰ ਤੁਸੀਂ 2022-23 ਦੇ ਵਿੱਚ ਕੈਨੇਡਾ ਜਾਣਾ ਹੈ ਤਾਂ ਉਹਦੇ ਬਾਰੇ ਤੁਹਾਨੂੰ ਮੈਂ ਜਾਣਕਾਰੀ ਦੇਵਾਂਗੀ ਕਿ ਤੁਸੀਂ ਕਿਹੜੇ ਕਿਹੜੇ ਢੰਗ ਬਣਾ ਕੇ ਜਾ ਸਕਦੇ ਹੋ। ਸਭ ਤੋਂ ਪਹਿਲਾਂ ਤਾਂ ਹੈਗਾ ਜੀ, ਅਗਰ ਤੁਸੀਂ ਕੈਨੇਡਾ ਜਾਣਾ ਹੈ ਤਾਂ ਤੁਹਾਡੇ ਲਈ ਬਹੁਤ ਹੀ ਜਿਹੜਾ ਵਧੀਆ ਤਰੀਕਾ ਹੈਗਾ ਉਹ ਹੈਗਾ ਜੀ ਸਟੱਡੀ ਵੀਜ਼ਾ। ਸਟੱਡੀ ਵੀਜ਼ੇ ਤੇ ਤੁਸੀਂ ਬਹੁਤ ਹੀ ਸੌਖੇ ਢੰਗ ਦੇ ਨਾਲ ਕੈਨੇਡਾ ਜਾ ਕੇ ਸੈਟਲ ਹੋ ਸਕਦੇ ਹੋ। ਉਹਦੇ ਲਈ ਕੀ ਰਿਕੁਆਇਰਮੈਂਟ ਨੇ ਉਹ ਤੁਹਾਨੂੰ ਮੈਂ ਦੱਸ ਦਿੰਦੀ ਹਾਂ। ਸਭ ਤੋਂ ਪਹਿਲਾਂ ਤੁਹਾਡੇ ਕੋਲ ਅਗਰ ਪਲੱਸ 2 ਕੀਤੀ ਹੋਈ ਹੈ ਜਾਂ BA ਕੀਤੀ ਹੋਈ ਹੈ, ਉਹਦੇ ਵਿੱਚ ਤੁਹਾਡੇ 65% ਮੀਨਸ ਕਿ 65% ਨੰਬਰ ਹੋਣੇ ਚਾਹੀਦੇ ਨੇ। ਅਤੇ ਆਈਲੈਟਸ ਦੇ ਵਿੱਚ ਬੱਚਿਆਂ ਨੂੰ ਰਿਲੈਕਸੇਸ਼ਨ ਮਿਲੀ ਹੈ। ਪਹਿਲਾਂ ਬੱਚਿਆਂ ਨੂੰ 6 ਈਚ ਬੈਂਡ ਲੈਣੇ ਪੈਂਦੇ ਸੀਗੇ, ਬਟ ਹੁਣ ਕੀ ਹੈ ਤੁਸੀਂ ਆਈਲੈਟਸ ਪਾਸ ਕਰਨੀ ਹੈ, ਉਹਦੇ ਵਿੱਚੋਂ ਅਗਰ ਤੁਹਾਡੇ 2 ਮੋਡਿਊਲ ਦੇ ਵਿੱਚੋਂ 5.5 ਬੈਂਡ ਅਤੇ 2 ਦੇ ਵਿੱਚੋਂ 6 ਬੈਂਡ ਆਏ ਹੋਏ ਨੇ ਤਾਂ ਵੀ ਤੁਸੀਂ ਸਟੱਡੀ ਵੀਜ਼ੇ ਲਈ ਅਪਲਾਈ ਕਰ ਸਕਦੇ ਹੋ। ਸੋ ਬਹੁਤ ਹੀ ਵਧੀਆ ਮੌਕਾ ਹੈ, ਤੁਸੀਂ ਈਜ਼ਲੀ 5.5 ਬੈਂਡ 2 ਮੋਡਿਊਲ ਦੇ ਵਿੱਚੋਂ ਲੈ ਕੇ ਵੀ ਕੈਨੇਡਾ ਜਾ ਸਕਦੇ ਹੋ। ਅਤੇ ਅਗਰ ਤੁਸੀਂ PTA ਕੀਤੀ ਹੋਈ ਹੈ ਤਾਂ PTA ਕਰਕੇ ਵੀ ਤੁਸੀਂ ਕੈਨੇਡਾ ਜਾ ਸਕਦੇ ਹੋ। PTA ਦੇ ਵਿੱਚ ਤੁਹਾਡੇ ਸਕੋਰ ਨੇ ਉਹ 55 ਹੋਣੇ ਚਾਹੀਦੇ ਨੇ। ਤੁਹਾਡੇ ਕੋਲ 10 ਲੱਖ ਤੋਂ ਲੈ ਕੇ 20 ਲੱਖ ਤੱਕ ਬੈਂਕ ਦੇ ਵਿੱਚੋਂ ਲੋਨ ਲੈਣ ਦੀ ਤੁਹਾਡੇ ਕੋਲ ਸਮਰੱਥਾ ਹੋਣੀ ਚਾਹੀਦੀ ਹੈ, ਕਿਉਂਕਿ ਇਹਦੇ ਵਿੱਚ ਜਿਹੜਾ ਤੁਸੀਂ 10 ਤੋਂ 20 ਲੱਖ ਦੇ ਵਿੱਚ ਲੋਨ ਲਓਗੇ, ਇਹਦੇ ਵਿੱਚ ਤੁਹਾਡੀ ਕਾਲਜ ਦੀ ਫੀਸ ਆ ਜਾਂਦੀ ਹੈ, ਤੁਹਾਡੀ ਏਅਰ ਟਿਕਟ ਆ ਜਾਂਦੀ ਹੈ, ਤੁਹਾਡੀ GIC ਆ ਜਾਂਦੀ ਹੈ। ਇਹ ਸਾਰਾ ਤਕਰੀਬਨ ਤੁਹਾਡਾ ਖਰਚਾ ਹੈ, ਜਾਂ ਤੁਹਾਡੇ ਮਾਤਾ ਪਿਤਾ ਦੇ ਤੁਸੀਂ ਪ੍ਰੂਫ ਵੀ ਨਾਲ ਲਗਾ ਸਕਦੇ ਹੋ ਤੇ ਉਹਨਾਂ ਦੀ ਕੰਬਾਈਨ ਇਨਕਮ ਲਗਭਗ 10 ਲੱਖ ਰੁਪਏ ਤੋਂ ਜ਼ਿਆਦਾ ਹੈ, ਤੁਸੀਂ ਇਹਦੇ ਪ੍ਰੂਫ ਵੀ ਨਾਲ ਲਗਾ ਸਕਦੇ ਹੋ। ਤਾਂ ਇਸ ਤਰ੍ਹਾਂ ਇਹ ਬਹੁਤ ਹੀ ਸੌਖਾ ਤਰੀਕਾ ਜਿਹਨੂੰ ਅਪਣਾ ਕੇ ਤੁਸੀਂ ਕੈਨੇਡਾ ਜਾ ਕੇ ਸੈਟਲ ਹੋ ਸਕਦੇ ਹੋ। ਤੁਹਾਡਾ ਮੈਡੀਕਲ ਤੁਸੀਂ ਨਾਲ ਲਗਾਉਣਾ ਹੁੰਦਾ ਹੈ, ਮੈਡੀਕਲ ਤੁਹਾਡਾ ਤੁਸੀਂ ਬਿਲਕੁਲ ਮੈਡੀਕਲੀ ਫਿੱਟ ਹੋਣੇ ਚਾਹੀਦੇ ਹੋ, ਤੁਸੀਂ ਪੁਲਿਸ ਕਲੀਅਰੈਂਸ ਦਾ ਜਿਹੜਾ ਸਰਟੀਫਿਕੇਟ ਹੈ ਉਹ ਵੀ ਨਾਲ ਲਗਾ ਕੇ ਤੁਸੀਂ ਨਾਲ ਲਗਾਉਣਾ ਹੁੰਦਾ ਹੈ। ਅਤੇ ਇਹਦੇ ਨਾਲ ਕੀ ਹੈ, ਤੁਸੀਂ ਆਸਾਨੀ ਨਾਲ ਇਹ ਸਾਰੇ ਪ੍ਰੂਫ ਲਗਾ ਕੇ ਕੈਨੇਡਾ ਸਟੱਡੀ ਵੀਜ਼ੇ ਤੇ ਜਾ ਸਕਦੇ ਹੋ। ਅਗਰ ਤੁਹਾਡੇ ਕੋਲ ਬੈਂਕ ਦੇ ਵਿੱਚ 10 ਲੱਖ ਰੁਪਏ ਹੈਗੇ ਨੇ ਬੈਂਕ ਅਕਾਊਂਟ ਦੇ ਵਿੱਚ 4 ਮਹੀਨੇ ਪੁਰਾਣੇ, ਤਾਂ ਇਹ ਪੈਸੇ ਕੀ ਹੈ ਤੁਸੀਂ ਕਿਸੇ ਨੂੰ ਦੇਣੇ ਨਹੀਂ ਹੁੰਦੇ, ਧੰਨ ਰਾਸ਼ੀ ਤੁਹਾਡੀ ਆਪਣੀ ਹੈ, ਤੁਸੀਂ ਉਹਨੂੰ ਆਪਣੇ ਕੋਲ ਰੱਖਣਾ ਹੈ। ਜੇ ਤੁਸੀਂ 4 ਮਹੀਨੇ ਪੁਰਾਣੇ ਆਪਣੇ 10 ਲੱਖ ਰੁਪਏ ਬੈਂਕ ਦੇ ਵਿੱਚ ਸ਼ੋ ਕਰ ਸਕਦੇ ਹੋ ਤਾਂ ਤੁਸੀਂ ਕੈਨੇਡਾ ਈਜ਼ਲੀ ਵਿਜ਼ਟਰ ਵੀਜ਼ੇ ਤੇ ਜਾ ਸਕਦੇ ਹੋ। ਮਤਲਬ ਤੁਸੀਂ ਇਹ ਪੈਸਾ 4 ਮਹੀਨੇ ਪੁਰਾਣਾ ਸ਼ੋ ਕਰਨਾ ਹੁੰਦਾ ਤਾਂ ਤੁਸੀਂ ਕੈਨੇਡਾ ਵਿਜ਼ਟਰ ਵੀਜ਼ੇ ਤੇ ਵੀ ਜਾ ਸਕਦੇ ਹੋ। ਜੇਕਰ ਤੁਹਾਡੀ ITI ਮੋਟਰ ਮਕੈਨਿਕ ਦੇ ਵਿੱਚ ਜਾਂ ਟਰੈਕਟਰ ਮਕੈਨਿਕ ਦੇ ਵਿੱਚ ਡੀਜ਼ਲ ਮਕੈਨਿਕ ਦੇ ਵਿੱਚ ਕੀਤੀ ਹੋਈ ਹੈ, ਜਿਹਦੇ ਵਿੱਚੋਂ ਘੱਟੋ ਘੱਟ ਤੁਹਾਡੇ 65% ਮਾਰਕਸ ਹੈਗੇ ਨੇ ਤੇ ਤੁਹਾਡੇ ਕੋਲ 12 ਲੱਖ ਰੁਪਏ ਦੀ ਫਾਈਨੈਂਸ਼ੀਅਲ ਸੋਰਸਿਸ ਤੁਹਾਡੇ ਕੋਲ ਹੈਗੇ ਨੇ, ਤਕਰੀਬਨ 12 ਲੱਖ ਰੁਪਏ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਹੈਗਾ, ਤਾਂ ਤੁਸੀਂ ਵੀ ਸਾਨੂੰ ਆ ਕੇ ਮਿਲ ਸਕਦੇ ਹੋ। ਮੰਡੇ ਟੂ ਫਰਾਈਡੇ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾਏਗੀ ਕਿ ਕਿਸ ਢੰਗ ਨਾਲ ਤੁਸੀਂ ITI ਕਰਕੇ ਕੈਨੇਡਾ ਜਾ ਸਕਦੇ ਹੋ। ਅਤੇ ਜੇਕਰ ਤੁਸੀਂ ਮਕੈਨੀਕਲ ਜਾਂ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿੱਚ ਡਿਪਲੋਮਾ ਜਾਂ ਡਿਗਰੀ ਕੀਤਾ ਹੋਇਆ ਹੈ ਤੇ ਤੁਸੀਂ ਹੱਥੀਂ ਕੰਮ ਕਰਨ ਦੇ ਇੱਛੁਕ ਹੋ, ਤੁਸੀਂ ਮਿਹਨਤੀ ਹੋ, ਤਾਂ ਵੀ ਤੁਸੀਂ ਕੈਨੇਡਾ ਪਹੁੰਚ ਸਕਦੇ ਹੋ ਤੇ ਕੈਨੇਡਾ ਜਾ ਕੇ ਸੈਟਲ ਹੋ ਸਕਦੇ ਹੋ।
ਅੱਜ ਦੀ ਵੀਡੀਓ ਤੁਹਾਨੂੰ ਮੈਂ ਇੰਨੀ ਜਾਣਕਾਰੀ ਦੇਣੀ ਸੀਗੀ। ਜ਼ਿਆਦਾ ਡਿਟੇਲ ਜਾਣਕਾਰੀ ਲੈਣ ਲਈ ਤੁਸੀਂ ਕੈਨੇਡਾ ਦੀ ਆਫੀਸ਼ੀਅਲ ਵੈਬਸਾਈਟ www.cic.gc.ca ਤੇ ਜਾ ਕੇ ਡਿਟੇਲ ਜਾਣਕਾਰੀ ਲੈ ਸਕਦੇ ਹੋ। ਅਤੇ ਅਗਰ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਤਾਂ ਪਿੱਛੇ ਦਿੱਤੇ ਨੰਬਰ 98825995000 ਤੇ ਗੱਲਬਾਤ ਕਰ ਸਕਦੇ ਹੋ ਅਤੇ ਸਾਡੇ ਆਫਿਸ ਦੇ ਵਿੱਚ ਆ ਕੇ ਵੀ ਸਾਡੇ ਨਾਲ ਮਿਲ ਕੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈ ਸਕਦੇ ਹੋ, ਕਿਉਂਕਿ ਸਾਡੇ ਦੁਆਰਾ ਜਿਹੜੀ ਜਾਣਕਾਰੀ ਦਿੱਤੀ ਜਾਂਦੀ ਹੈ ਉਹ ਬਿਲਕੁਲ ਕੈਨੇਡੀਅਨ ਰੂਲਸ ਦੇ ਅਕੋਰਡਿੰਗ ਦਿੱਤੀ ਜਾਂਦੀ ਹੈ, ਕੋਈ ਧੋਖਾਧੜੀ ਨਹੀਂ ਕੀਤਾ ਜਾਂਦਾ। ਸੋ ਪਲੀਜ਼ ਵੀਡੀਓ ਜ਼ਿਆਦਾ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ। ਥੈਂਕ ਯੂ।